ਮਸੰਦ ਫਿਲਮ ਨੂੰ ਲੈ ਕੇ ਬਟਾਲਾ ਦੇ ਨਵਤੇਜ ਸਿੰਘ ਗੱਗੂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਉਸਨੇ ਦੋਸ਼ ਲਗਾਇਆ ਕਿ ਇਹ ਫਿਲਮ ਉਸ ਤੇ ਅਤੇ ਉਸਦੇ ਦੋਸਤ ਦੇ ਕਿਰਦਾਰ ਨੂੰ ਦਿਖਾ ਕੇ ਬਣਾਈ ਜਾ ਰਹੀ ਹੈ ਉਸਨੇ ਦੱਸਿਆ ਕਿ ਇਸ ਸੰਬੰਧੀ ਕੁਝ ਦਿਨ ਪਹਿਲਾਂ ਵੀ ਪੱਤਰਕਾਰ ਵਾਰਤਾ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਇਸ ਫਿਲਮ ਵਿੱਚ ਕੋਈ ਜ਼ਿਆਦਾ ਨੌਜਵਾਨਾਂ ਨੂੰ ਸੇ ਨਹੀਂ ਮਿਲਨੇ ਇਸ ਨੂੰ ਲੈ ਕੇ ਉਸ ਵੱਲੋਂ ਮਸੰਦ ਫਿਲਮ ਨੂੰ ਲੈ ਕੇ ਕੇਸ ਵੀ ਫਾਈਲ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਨਵਤੇਜ ਸਿੰਘ ਗੱਗੂ ਨੇ ਦੱਸਿਆ ਕਿ ਬਹੁਤ ਹੀ ਮਾੜੀ ਗੱਲ ਹੈ ਕਿ ਉਸ ਦਾ ਦੋਸਤ ਉਸ ਫਿਲਮ ਦੇ ਡਾਇਰੈਕਟ ਨਾਲ ਮਿਲ ਗਿਆ ਹੈ ਗੱਗੂ ਮੁਤਾਬਕ ਉਸ ਨੂੰ ਹੁਣ ਉਹਨਾਂ ਵੱਲੋਂ ਪੈਸਿਆਂ ਦੀ ਆਫਰ ਕੀਤੀ ਜਾ ਰਹੀ ਹੈ ਤੇ ਉਸਨੇ ਕਿਹਾ ਕਿ ਉਸ ਕੋਲ 10 ਲੱਖ ਰੁਪਏ ਲੈ ਲਵੋ ਪਰ ਫਿਲਮ ਵਿੱਚੋਂ ਘਟਿਆ ਸੀਨ ਕੱਢ ਦੇਣ ਉਸਨੇ ਕਿਹਾ ਕਿ ਉਹ ਪਹਿਲਾਂ ਹੀ ਇਸ ਕੇਸ ਵਿੱਚੋਂ ਬਰੀ ਹੋ ਚੁੱਕਾ ਹੈ ਤੇ ਉਹ ਇੱਕ ਨਾਮਰ ਸਮਾਜ ਸੇਵੀ ਹੈ ਦੇਖੋ ਭਾਜੀ ਉਹਦੀ ਉਹ ਦੇਖੋ ਉਹ ਹਾਂਜੀ ਸਾਡੇ ਜਿਹੜਾ ਕੇਸ ਸੀਗਾ ਉਹਦਾ ਕੇਸਵਰ ਨੇ ਔਰ ਉਹਦੇ 'ਚ ਦੇਖੋ ਉਹਦੀ ਆਪਣੀ ਪਰਸਨਲ ਲਾਈਫ ਬਾਰੇ ਦੇਖੋ ਅਸੀਂ ਕਿਸੇ ਬਾਰੇ ਵੀ ਕਿੰਤੂ-ਪ੍ਰਿੰਤੂ ਨਹੀਂ ਕਰ ਸਕਦੇ ਕਿਉਂਕਿ ਅੱਜਕੱਲ ਹਰ ਬੰਦੇ ਨੂੰ ਹੱਕ ਆ ਕਿ ਮੇਰੇ ਬਾਰੇ ਉਹ ਬੋਲਿਆ ਤੇ ਮੈਂ ਮਾਨਹਾਨੀ ਦਾ ਦਾਵਾ ਕਰਦਾਗਾ ਜਾਂ ਇਹ 'ਚ ਹਾਂਜੀ ਇੱਕ ਮੇਰਾ ਵੀ ਇੱਕ ਚਲੋ ਅਸੂਲ ਆ ਕਿ ਮੈਂ ਕਿਸੇ ਦੀ ਪਰਸਨਲ ਲਾਈਫ ਬਾਰੇ ਨਹੀਂ ਬੋਲ ਸਕਦਾ ਉਹਦੇ ਬਾਰੇ ਖਾਸ ਕਰ ਉਹਨੇ ਕਿਉਂ ਕੀਤਾ ਉਹ ਕਿਉਂ ਉਹਨਾਂ ਨਾਲ ਖੜਿਆ ਪਰ ਅੱਜ ਤੋਂ 4-5 ਦਿਨ ਪਹਿਲਾਂ ਉਹ ਸਾਡੇ ਨਾਲ ਖੜਿਆ ਸੀਗਾ ਕਿ ਇਹ ਫਿਲਮ ਬਿਲਕੁਲ ਡੀਗ੍ਰੇਡ ਦੀ ਆ ਤੱਥਾਂ ਤੋਂ ਪਰੇ ਆ ਮਦਲਸ ਹੋਟੇਲ लेवल ਦੀ ਮੰਨ ਕਰਤ ਕਹਾਣੀ ਬਣਾ ਦਿੱਤੀ ਆ ਅੱਜ ਚਲੋ ਉਹਨਾਂ ਨੇ ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਚਲੋ ਇਹ ਉਹਨਾਂ ਦੀ ਆਪਣੀ ਹੈਗੀ ਪਰ ਇਹ 2-4 ਦਿਨਾਂ ਦੇ ਵਿੱਚ ਮੈਂ ਬੜਾ ਹੈਰਾਨ ਹੋਇਆ ਕਿ ਜਿਹੜਾ ਫਿਲਮ ਦੇ ਜਿਹੜੇ ਨਾਲ ਜੁੜੇ ਲੋਕ ਨੇ ਕੋਈ ਡਾਇਰੈਕਟਰ ਆ ਜਾਂ ਉਹਦਾ ਜਿਹੜਾ ਕੋਈ ਵੀ ਹੈ ਜਿਹੜੇ ਵਿੱਚ ਉਹਦੇ ਨਾਲ ਕੰਮ ਕਰ ਰਹੇ ਪਿਕਚਰ ਬਣਾਉਣ ਵਾਲੀ ਟੀਮ ਹੈ ਜਿਹੜੀ ਉਹ ਮੈਨੂੰ ਵੀ ਬੜੇ ਫੋਨ ਉਹਨਾਂ ਦੇ ਆਏ ਹੈਗੇ 5 ਲੱਖ ਲੈ ਲਓ ਕਦੀ ਕਹਿੰਦੇ 7 ਲੱਖ ਲੈ ਲਓ ਕਦੀ ਕਹਿੰਦੇ 8 ਲੱਖ ਲੈ ਲਓ ਮਤਲਬ ਪੈਸੇ ਦੇ ਨਾਲ ਉਹ ਹੁਣ ਹੌਲੀ ਹੌਲੀ ਬੰਦਿਆਂ ਨੂੰ ਆਪਣੇ ਨਾਲ ਜੋੜੇ। ਵੇਖੋ ਜੇ ਗਲਤ ਨਹੀਂ ਤੇ ਤਾਂ ਹੀ ਪੈਸੇ ਦੇ ਰਹੇ ਹੈ ਨਾ। ਤੁਸੀਂ ਮੰਨਦੇ ਹੋ ਵੀ ਤੁਹਾਡੇ ਜਿਹੜਾ ਸਾਦੀ ਸੰਘ ਸਿੰਘ ਨੂੰ ਪੈਸੇ ਦਿੱਤੇ ਗਏ ਨੇ। ਨਹੀਂ ਨਹੀਂ ਦੇਖੋ ਮੈਂ ਉਹਦੀ ਪਰਸਨਲ ਇਹ ਗੱਲ ਕਹਿ ਨਹੀਂ ਸਕਦਾ ਪਰ ਮੈਨੂੰ ਜਰੂਰ ਉਹਨਾਂ ਨੇ ਇੱਕ ਦੋ ਦਿਨਾਂ ਚ ਅਪਰੋਚ ਕੀਤੀ ਆ ਕਿ ਇਹਨੇ ਪੈਸੇ ਲੈ ਲਓ ਤੇ ਤੁਸੀਂ ਸਾਡੇ ਹੱਕ ਚ ਖੜਜੋ ਕਿਉਂਕਿ ਮੈਂ ਪਈਹੀਂ ਸਾਰੇ ਵਿਰੋਧ ਕਰ ਰਹੇ ਸੀਗੇ ਹਰਜਨ ਸਿੰਘ ਵੀ ਪਹਿਲਾਂ ਵਿਰੋਧ ਕਰ ਰਿਹਾ ਸੀ ਮੈਂ ਵੀ ਵਿਰੋਧ ਕਰ ਰਿਹਾ ਸੀਗਾ ਤੇ ਦੇਖੋ ਕਿਹੜਾ ਬੰਦਾ ਹੁਣ ਕਿਉਂ ਇੱਕਦਮ ਹੀ ਉਹ ਚਲਾ ਗਿਆ ਦੇਖੋ ਹਰ ਇੱਕ ਦਾ ਆਪਣਾ ਆਪਣਾ ਦੇਖੋ ਸੋਚ ਆ ਹਰ ਇੱਕ ਦਾ ਆਪਣਾ ਇੱਕ ਜ਼ਮੀਰ ਆ ਔਰ ਦੇਖੋ ਮੈਂ ਤੇ ਆਪਣੇ ਉਸ ਸਟੈਂਡ ਤੇ ਖੜਾ ਮੈਂ ਤੇ ਜਦੋਂ ਉਹਨਾਂ ਮੈਨੂੰ ਕਿਹਾ 5-7 ਲੱਖ ਰੁਪਈਆ ਲੈ ਲਓ ਮੈਂ ਤੇ 5-7 ਲੱਖ ਰੁਪਈਆ ਤੇ ਦੇਖੋ ਅਸੀਂ ਮੇਰੇ ਖਿਆਲ ਦੇ ਨਾਲ ਸਾਡਾ ਇੱਕ ਦਿਨ ਦੇ ਵਿੱਚ ਮੈਂ ਲੋਕਾਂ ਦੇ ਵਿੱਚ ਦਾਨ ਕਰ ਦਿੰਦਾ 5-6 ਲੱਖ ਰੁਪਈਆ ਸਾਡਾ ਇੱਕ ਹਸਪਤਾਲ ਜਿਹੜਾ ਵਾ ਉਹਦੇ ਵਿੱਚ ਸਾਡਾ ਇੱਕ ਦਿਨ ਦਾ 10 ਲੱਖ ਦਾ ਖਰਚਾ 1 ਕਰੋੜ ਰੁਪਈਆ ਤੇ ਮਹੀਨੇ ਦਾ ਸਾਡਾ ਟਰਨਓਵਰ ਆ ਸਾਡੇ ਹਸਪਤਾਲ ਦੀ ਤੇ ਮੈਂ ਸਗੋਂ ਉਲਟਾ ਉਹਨਾਂ ਨੂੰ ਕਿਹਾ ਕਿ ਯਾਰ 4-5 ਲੱਖ ਰੁਪਈਆ ਤੁਸੀਂ ਮੇਰੇ ਕੋਲ ਲੈ ਲਵੋ ਭਰਾ ਤੇ ਮੇਰਾ ਸੀਨ ਜਿਹੜੇ ਨਾ ਮੇਰਾ ਸੀਨ ਤੁਸੀਂ ਪਾਇਆ ਵਿੱਚ ਤੋੜ ਮੋੜ ਕੇ ਉਹਨੂੰ ਕੱਟ ਦਿਓ ਯਾਰ ਮੇਰੇ ਕੋਲੋਂ 10 ਲੱਖ ਲੈ ਲਓ ਸੋ ਐਸ ਕਰਕੇ ਉਹ ਜਿਹੜੇ ਲੋਕ ਉਹ ਫਿਲਮ ਦੇ ਹੱਕ ਚ ਖੜ ਗਏ ਨੇ ਉਹਨਾਂ ਦੀ ਹੁਣ ਆਪਣੀ ਸੋਚ ਕਿਉਂ ਖੜੇ ਨੇ ਉਹ ਦੋ-ਤਿੰਨ ਦਿਨਾਂ ਚ ਕੀ ਉਹਨਾਂ ਦੇ ਵਿੱਚ ਤਬਦੀਲੀ ਆ ਗਈ ਹਾਂਜੀ ਖੈਰ ਮੈਂ ਅੱਜ ਆਪਣੇ ਸਟੈਂਡ ਤੇ ਮੈਂ ਕੋਰਟ 'ਚ ਬੈਠਾ ਵਾਂ ਵਕੀਲ ਸਾਹਿਬ ਦੇ ਕੈਬਨ 'ਚ ਬੈਠਾ ਅੱਜ ਜੱਜ ਸਾਹਿਬ ਨੇ ਚਲੋ ਸਾਡੀ ਫਿਰ ਕੱਲ ਦੀ ਤਰੀਕ ਪਾਤੀ ਹੈ ਇਹਨਾ ਜ਼ਰੂਰ ਹੈ ਕਿ ਜੇਕਰ ਇਸ ਪਿਕਚਰ ਦੇ ਵਿੱਚ ਉਹ ਸੀਨ ਹੋਏਗਾ ਕਿਉਂਕਿ ਜੱਜ ਸਾਹਿਬ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਇਦਾਂ ਅੱਗ ਲਗਾ ਕੇ ਜਾਂ ਸਾਡੇ ਨਾਲ ਰਿਲੇਟਡ ਤੋੜ ਮੁਰੋੜ ਕੇ ਸੀਨ ਦਿਖਾਇਆ ਹੋਏਗਾ ਤੇ ਅਗਰ ਪਿਕਚਰ ਆਏਗੀ ਤੇ ਉਹਨਾਂ ਦੇ ਐਫਆਈਆਰ ਵੀ ਕਰਾਂਗੇ ਔਰ ਹਾਈ ਕੋਰਟ ਦੇ ਵਿੱਚ ਮਾਨਹਾਨੀ ਦਾ ਦਾਵਾ ਵੀ ਪਵੇਗਾ ਔਰ ਬਕਾਇਦਾ ਪ੍ਰੋਪਰ ਕਾਨੂੰਨ ਦੇ ਨਾਲ ਉਹਨੂੰ ਪੂਰੀ ਤਰ੍ਹਾਂ ਰਗੜਾਂਗੇ ਇਹਨਾਂ ਨੂੰ ਬਾਕੀ ਚਲੋ ਅੱਜ ਕੱਲ੍ਹ ਹੀ ਸਮਾਜ ਸੇਵਾ 'ਚ ਰੁਝੇ ਹੋਏ ਆ ਬਾਕੀ ਸਮਾਜ ਦੀ ਸੇਵਾ ਕਰ ਰਹੇ ਆ ਪਰ ਕੁਝ ਲੋਕ ਜਿਹੜੇ ਇਹ ਲੋਕ ਸਾਡੀ ਇੱਕ ਇੱਕ ਕਿਸਮ ਦਾ ਦੇਖੋ ਸਾਡੀ ਖਮੋਸ਼ੀ ਦਾ ਫਾਇਦਾ ਉਠਾਇਆ ਜਾ ਰਿਹਾ ਕਿ ਜਿਵੇਂ ਕਿ ਪਿਕਚਰ ਬਣਾ ਦੀ ਪੁੱਛਿਆ ਨਹੀਂ ਕੋਈ ਡਰ ਨਹੀਂ ਖੋਫ ਨਹੀਂ ਪਰ ਮੈਂ ਇਹਨਾਂ ਲੋਕਾਂ ਨੂੰ ਇੱਕ ਗੱਲ ਇਹ ਵੀ ਕਹਾਂਗਾ ਕਿ ਨਵਤੇਜ ਸਿੰਘ ਗੁੱਗੂ ਉਹੀ ਆ ਉਹੀ ਨਵਤੇਜ ਸਿੰਘ ਗੁੱਗੂ ਆ ਜਿਹਦੀ ਲਿਸਟ ਦੇ ਵਿੱਚ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗੀਆਂ ਦੇ ਨਾਂ ਹੁੰਦੇ ਸੀ ਔਰ ਪੂਲੇ ਨੇਗ ਵਰਗੀਆਂ ਦੇ ਵੀ ਠੀਕ ਹੈ ਤੇ ਅੱਜ ਇਹ ਲੋਕ ਸਾਨੂੰ ਇਹ ਨਾ ਸਮਝਣ ਕਿ ਇਹ ਚੁੱਪ ਨੇ ਜਾਂ ਕਿਵੇਂ ਆ ਸਿਰਫ ਇੱਕ ਸਮਾਜ ਰੱਬ ਨੇ ਇੱਕ ਸੇਵਾ ਦਿੱਤੀ ਹੈ ਦੀਨ ਦੁਖੀਆਂ ਦਾ ਇਲਾਜ ਕਰਨਾ ਔਰ ਭਾਈ ਕਨਈਆ ਦੇ ਰਸਤੇ ਤੇ ਤੁਰੇ ਆ ਔਰ ਤਾਂ ਕਰਕੇ ਆਪਣੇ ਚੁੱਪ ਚਪੀਤੇ ਮੈਂ ਆਪਣੇ ਕੰਮ ਚ ਆਪਣੇ ਰਸਤੇ ਤੇ ਚੱਲ ਕੇ ਔਰ ਸੇਵਾ ਕਰ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਵੀ ਸਾਡੇ ਤੇ ਕਿੰਤੂਪ੍ਰਿੰਦੂ ਕਰੇ ਸਾਡੇ ਕੈਰੈਕਟਰ ਨੂੰ ਤੋੜ ਮੋੜ ਕੇ ਇਸ ਕਰਕੇ ਮੈਂ ਖਾਸ ਕਰਕੇ ਲੋਕਾਂ ਨੂੰ ਅਪੀਲ ਕਰਾਂਗਾ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਜਾਂ ਜਿੰਨੇ ਵੀ ਪੰਜਾਬੀ ਲੋਕ ਨੇ ਪੰਜਾਬ 'ਚ ਵੱਸਦੇ ਮੈਂ ਉਹਨਾਂ ਨੂੰ ਮੇਰੀ ਇੱਕ ਅਪੀਲ ਆ ਕਿ ਇਸ ਪਿਕਚਰ ਨੂੰ ਇਗਨੋਰ ਕਰੋ ਮੇਰੀ ਅਪੀਲ ਯਾਰ ਸਾਡੇ ਤੇ ਪਿਕਚਰ ਬਣੀ ਆ ਸਾਡੇ ਤੇ ਸਟੋਰੀ ਬਣਾਈ ਨਾ ਉਹ ਬੰਦਾ ਕਹਿ ਰਿਹਾ ਕਿ ਇਸ ਚੀਜ਼ ਨੂੰ ਇਗਨੋਰ ਕਰੋ ਇਹਦੇ ਵਿੱਚ ਤੁਹਾਡੀ ਵੀ ਸੋਚ ਨੂੰ ਫਿਰ ਜਿਹੜਾ ਬੰਦਾ ਇਹ ਪਿਕਚਰ ਨੂੰ ਵੇਖੇਗਾ ਉਹਦੀ ਵੀ ਸੋਚ ਨੇਗੇਟਿਵ ਹੋਏਗੀ ਕਿ ਪਤਾ ਨਹੀਂ ਉਹਦੇ 'ਚ ਮਤਲਬ ਤੋਰ ਮਰੋੜ ਕੇ ਜਿਵੇਂ ਚ ਦੇਖੋ ਮੈਂ ਵਿੱਚ ਕੈਮਰੇ ਦੀ ਗੱਲ ਕਰਦਾ ਇੱਕ ਉਹ ਨੂੰ ਕਹਿ ਰਿਹਾ ਦੂਜੇ ਨੂੰ ਮੁੰਡੇ ਨੂੰ ਜਿੱਦਾਂ ਬਖਾਲਿਆ ਮੇਰੇ ਵੱਲੋਂ ਓਏ ਸਾਲਿਆ ਕਿੱਦਾਂ ਕਢਦੀਏ ਕੰਮ ਇਦਾਂ ਦੇ ਮਤਲਬ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਕੇ ਜੋ ਵੀ ਫੈਸਲੇ ਲਏ ਜ਼ਿੰਦਗੀ ਦੇ ਲਏ ਔਰ ਇੱਕ ਬੰਦਾ ਓਏ ਸਾਲਿਆ ਕਢਦੀਏ ਕੰਮ ਉਹ ਫਲਾਣੇ ਦਾ ਕਰਦਿਏ ਕਾਰ ਦਾ ਦਦਿਏ ਬੰਬ ਲਾ ਕੇ ਉਹ ਕਰਦਿਏ ਉਹਦੇ ਗੋਲੀਆਂ ਮਾਰਦਿਏ ਦੋ ਬੰਦੇ ਉਥੇ ਗਲੀ 'ਚ ਖਲੋਤੇ ਮਾਰਤੇ ਇੱਕ ਉਹ ਉਥੇ ਮਾਰਤਾ ਔਰ ਉਹਦੇ ਨਾਲ ਲਾਸਟ ਵਿੱਚ ਉਹੀ ਹੀਰੋ ਮੇਰਾ ਕਰੈਕਟਰ ਕਰਦਾ ਦਿਖ ਰਿਹਾ ਅਗ ਲਗਾ ਕੇ ਜਲਾ ਰਿਹਾ ਇਹਦਾ ਮਤਲਬ ਸਾਰੀਆਂ ਚੀਜ਼ਾਂ ਮੇਰੇ ਨਾਲ ਜੁੜਨ ਜੁੜਨ ਗਿਆ ਕਿਤਨਾ ਕਿਤੇ ਅੱਜ ਵੀ ਫਿਰ ਮੈਂ ਕਹਾਂਗਾ ਕਿ ਮੈਨੂੰ ਹਮੇਸ਼ਾ ਹੀ ਅੱਜ ਜਦੋਂ ਕੋਈ ਮੈਨੂੰ ਬੁਲਾਉਂਦਾ ਰੇ ਡਾਕਟਰ ਗੁੱਗੂ ਕਹਿੰਦਾ ਜਾਂ ਸਮਾਸ ਵੀ ਗੁੱਗੂ ਕਹਿ ਰਹਿੰਦੇ ਕਈ ਲੋਕ ਪਿਆਰ ਨਾਲ ਚਲੋ ਇੱਥੋਂ ਤੱਕ ਕਿ ਮੈਨੂੰ ਮਸੀਹਾ ਵੀ ਕਹਿ ਦਿੰਦੇ ਨੇ ਰੱਬ ਰੂਪ ਵੀ ਕਹਿ ਦਿੰਦੇ ਨੇ ਵੀ ਤੁਸੀਂ ਚਲੋ ਮੈਂ ਆਪਣੇ ਮੂੰਹ ਕਹਿੰਦਾ ਨਹੀਂ ਚੰਗਾ ਲੱਗਦਾ ਪਰ ਇਹ ਲੋਕਾਂ ਦੇ ਕਮੈਂਟ ਨੇ ਪਰ ਅੱਜ ਇਹ ਪਿਕਚਰ 'ਚ ਕਹਾਂਗੇ ਉਹ ਸਾਲਿਆ ਉਹਦਾ ਕੱਢਦੀ ਹੈ ਕੰਮ ਉਹਨੂੰ ਗੋਲੀ ਮਾਰਦੀ ਹੈ ਉਹ ਗੱਡੀ ਡਾ ਦਈ ਮਬਨਾ ਉਹ ਕਰ ਦਈਏ ਇਦਾਂ ਤਾਂ ਹੀ ਨਹੀਂ ਕੀਤਾ ਅਗਰੇ ਵਿਖਾਇਆਗੇ ਤੇ ਦਾ ਮਤਲਬ ਮੇਰੀ ਸਾਡੀ ਬਾਇਓਗ੍ਰਾਫੀ ਆ ਪਰ ਉਹ ਬਾਇਓਗ੍ਰਾਫੀ ਨੂੰ ਤੋੜ ਮਰੋੜ ਕੇ ਵਿਖਾ ਦਿੱਤਾ ਤੇ ਅਬਜੈਕਸ਼ਨ ਤੇ ਹੀ ਕਰਾਂਗੇ ਨਾ ਤਾਂ ਅਸੀਂ ਜੇ ਕੋਰਟ 'ਚ ਬੈਠੇ ਆ ਵਕੀਲ ਸਾਹਿਬ ਦੇ ਕੋਲ ਬੈਠੇ ਆ ਤੇ ਚਲੋ ਜੱਜ ਸਾਹਿਬ ਤੇ ਸਾਨੂੰ ਪੂਰਾ ਆਸ ਕਿ ਉਹ ਇਨਸਾਫ ਦੇਣਗੇ ਤੇ ਉਹਨਾਂ ਕਿਹਾ ਅਗਰ ਇਹ ਸੀਨ ਹੋਏਗਾ ਤੇ ਇਹਨਾਂ ਨੂੰ ਭੁਗਤਣਾ ਪਏਗਾ ਉਹ ਸੀਨ ਅਗਰ ਇਹਨਾਂ ਨੇ ਉਹ ਸੀਨ ਵਿਖਾਇਆ ਜੇ ਤੋਂ ਮੈਨੂੰ ਅਬਜੈਕਸ਼ਨ ਨਾ ਕੀ ਜੇ ਜਿਹਦੇ ਵਿੱਚ ਉਹ ਅੱਗ ਲਾ ਕੇ ਬੰਦੇ ਨੂੰ ਜਲਾ ਰਹੇ ਹਨ ਮਤਲਬ ਦੂਸਰੇ ਪਾਸੇ ਨਵਤੇਜ ਸਿੰਘ ਗੱਗੂ ਦੇ ਵਕੀਲ ਨੇ ਦੱਸਿਆ ਕਿ ਫਿਲਮ ਦੇ ਡਾਇਰੈਕਟਰ ਅਤੇ ਕੁਝ ਹੋਰ ਲੋਕਾਂ ਉਤੇ ਕੇਸ ਫਾਈਲ ਕੀਤਾ ਗਿਆ ਹੈ ਅਤੇ ਅੱਜ ਮਾਂਜੋ ਜੱਜ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਇਸ ਵਿੱਚ ਕੋਈ ਅਜੀਹਾ ਸੀਨ ਦਿਖਾਇਆ ਗਿਆ ਹੋਵੇਗਾ ਜਿਸ ਨਾਲ ਨਵਤੇਜ ਸਿੰਘ ਸੰਬੰਧ ਰੱਖਦਾ ਹੋਵੇਗਾ ਤਾਂ ਉਹਨਾਂ ਨੂੰ ਇਨਸਾਫ ਦਿੱਤਾ ਜਾਵੇਗਾ ਨਵਤੇਜ ਸਿੰਘ ਉਹਨਾਂ ਦਾ ਜਦੋਂ ਮੈਨੂੰ ਅਸਲੋ ਇੱਕ ਹਫਤਾ ਪਹਿਲਾਂ 7 ਤਰੀਕ ਤੋਂ ਪਹਿਲਾਂ ਮੈਨੂੰ ਇਹਨਾਂ ਨੇ ਟੈਲੀਫੋਨਿਕਲੀ ਕਨੈਕਟ ਕੀਤਾ ਕਿ ਮੇਰਾ ਇਹ ਇਦਾਂ ਇਦਾਂ ਕੋਈ ਮੂਵੀ ਬਣ ਰਹੀ ਹੈ ਤੇ ਇਹਨਾਂ ਨੂੰ ਫਿਰ ਮੈਂ ਆਪਣੇ ਕੋਲ ਬੁਲਾਇਆ ਛੁੱਟੀਆਂ ਹੋਣ ਦੇ ਕਰਕੇ ਅਸੀਂ ਕੋਈ ਉਹਨਾਂ ਦਿਨਾਂ 'ਚ ਜ਼ਿਆਦਾ ਕਰ ਨਹੀਂ ਸਕੇ ਉਸ ਤੋਂ ਬਾਅਦ ਅਸੀਂ ਕੀ ਕੀਤਾ 7 ਤਰੀਕ ਨੂੰ ਅਸੀਂ ਸਾਡੇ ਬਟਾਲੇ ਦੇ ਮਾਨ ਜੋਗੇ ਅਸੀਂ ਐਸਐਸਪੀ ਸਾਹਿਬ ਨੂੰ ਇੱਕ ਐਪਲੀਕੇਸ਼ਨ ਦਿੱਤੀ ਹੈ ਜੀ ਜਿਹੜੇ ਆ ਮੂਵੀ ਬਣਾ ਰਹੇ ਨੇ ਤਖਾਂ ਨੂੰ ਤੋੜ ਮੋੜ ਕੇ ਮੂਵੀ ਜਿਹੜੀ ਇਹਨਾਂ ਦੇ ਕਰੈਕਟਰ ਤੇ ਬਣਾ ਰਹੇ ਨੇ ਉਹਦੇ ਵਿੱਚ ਫਿਰ ਉਹਨਾਂ ਨੇ ਸਾਈਬਰ ਸੈੱਲ ਨੂੰ ਮਾਰਕ ਕਰ ਦਿੱਤੀ ਹੈ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਇੱਕ ਨੋਟਿਸ ਦਿੱਤਾ ਜੀ ਜਿਹੜਾ ਨੋਟਿਸ ਅਸੀਂ ਇਹਨਾਂ ਨੂੰ ਮੇਲ ਦੇ थ्रू ਵੀ ਦੇ ਦਿੱਤਾ ਬਾਈ ਪੋਸਟ ਵੀ ਇਹਨਾਂ ਨੂੰ ਅਸੀਂ ਇਹਨਾਂ ਦਾ ਇਹਨਾਂ ਨੂੰ ਨੋਮੇ ਇਹ ਕਰਤਾ ਉਸ ਤੋਂ ਬਾਅਦ ਅਸੀਂ ਫਿਰ ਇਹਨਾਂ ਤੇ ਕੇਸ ਫਾਈਲ ਕੀਤਾ ਜੀ ਸੂਟ ਫੋਰ ਪਰਮਨੈਂਟ ਇੰਜੰਕਸ਼ਨ ਤਾਂ ਕਿ ਇਹ ਫਿਲਮ ਤੇ ਰੋਕ ਲਾਈ ਜਾਏ ਜੀ ਇਹ ਹੁਣ ਅੱਜ ਡੇ ਟੂ ਡੇ ਪ੍ਰोसीडिंग्स ਤੇ ਚੱਲ ਰਿਹਾ ਜੀ ਹਰ ਦਿਨੇ ਦੀ ਸੁਣਵਾਈ ਹੋ ਰਹੀ ਹੈ ਹੁਣ ਬੇਸਿਕਲੀ ਕੀ ਹੈ ਕਿ ਇਸ ਫਿਲਮ ਦੇ ਵਿੱਚ ਜਿਹੜੇ ਇਹਨਾਂ ਨੇ ਸੀਨਸ ਦਿਖਾਏ ਨੇ ਓਬਜੈਕਸ਼ਨੇਬਲ ਸੀਨਸ ਉਸ ਟਾਈਮ ਤੇ ਨਾਲ ਉਹ ਮਨਾ ਕਰਤਾ ਕਿ ਮੈਂ ਨਹੀਂ ਚਾਹੁੰਦਾ ਕੀ ਇਹਨਾਂ ਤੱਥਾਂ ਤੇ ਫਿਲਮ ਬਣੇ ਕਿ ਮੈਂ ਇਤੋਂ ਬਰੀ ਹੋ ਚੁੱਕਿਆ ਮੈਂ ਇਸ ਟਾਈਮ ਤੇ ਸਮਾਜ ਸੇਵਾ ਦਾ ਕੰਮ ਕਰ ਰਿਹਾ ਮੈਂ ਨਹੀਂ ਚਾਹੁੰਦਾ ਕਿ ਮੇਰੇ ਇਹਨਾਂ ਝੂਠੇ ਤੱਥਾਂ ਤੇ ਫਿਲਮ ਬਣਾਈ ਜੋ ਉਹਨਾਂ ਨੇ ਸਟੋਰੀ ਲਾਈਨ ਦੱਸੀ ਐ ਨਵਤੇਜ ਸਿੰਘ ਉਹਨਾਂ ਨੂੰ ਬਿਲਕੁਲ ਫੈਬ੍ਰੀਕੇਟਡ ਝੂਠੀ ਸਟੋਰੀ ਤੋਰ ਮੋੜ ਕੇ ਫੈਕਟਰ ਇਹਨਾਂ ਨੂੰ ਦੱਸੇ ਇਹਨਾਂ ਨੇ ਸਾਫ਼ ਬਣਾ ਕਰਤਾ ਉਸ ਤੋਂ ਬਾਅਦ ਆ ਇਹਨਾਂ ਨੇ ਕੀ ਕੀਤਾ ਸਾਨੂੰ ਨਵਤੇਜ ਸਿੰਘ ਉਹਨਾਂ ਨੂੰ ਪਤਾ ਚੱਲਿਆ ਕੋਈ ਉਹਨਾਂ ਦਾ ਜਿਹੜਾ ਪ੍ਰੋਡਕਸ਼ਨ ਸਟਾਫ ਹੋਏਗਾ ਜਾਂ ਜਿੱਦਾਂ ਵੀ ਕੋਈ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਆ ਫਿਲਮ ਬਣਾ ਰਹੇ ਨੇ ਕਿ ਇਹਨਾਂ ਦਾ ਕਰੈਕਟਰ ਵਿੱਚ ਪਾਇਆ ਭਾਵੇਂ ਇਹਨਾਂ ਦਾ ਨਾਮ ਯੂਜ਼ ਨਹੀਂ ਕੀਤਾ ਲੇਕਿਨ ਪੂਰੇ ਇੰਡੀਆ ਦੇ ਵਿੱਚ ਸਿਰਫ ਇੱਕ ਇਨਸੀਡੈਂਟ ਹੋਇਆ ਜਿੱਚੇ ਜੇਲ੍ਹ ਦੇ ਵਿੱਚ ਕੇਰੋਸਿਨ ਪਾ ਕੇ ਕਿਸੇ ਬੰਦੇ ਨੂੰ ਮਰਡਰ ਕੀਤਾ ਜਾਏ ਉਹ ਹੈ ਜਿਹਦੇ ਵਿੱਚ ਮੇਰੇ ਕਲਾਇੰਟ ਨਵਤੇਜ ਸਿੰਘ ਗੁੱਗੂ ਜਿਨ੍ਹਾਂ 'ਤੇ ਇਹ ਇਹਨਾਂ ਤੇ ਐਫ ਆਈ ਆਰ ਲਾਜ ਹੋਈ ਸੀ ਤੇ ਅੱਜ ਇਹ ਬãiਜਤ ਬਰੀ ਨੇ ਫਿਰ ਵੀ ਇਹਨਾਂ ਨੇ ਰਿਕਵੈਸਟ ਕੀਤੀ ਉਹਨਾਂ ਨੂੰ ਕੀ ਮੇਰੇਤੇ ਨਾਂ ਬਣਾਈ ਜਾਈਏ ਫਿਲਮ ਫੇਰ ਸਾਨੂੰ ਇਹ ਕੋਰਟ ਦਾ ਦਰਵਾਜ਼ਾ ਖੜਕਾਣਾ ਪਿਆ ਅਸੀਂ ਕੋਰਟ ਚ ਆਏ ਆ ਸੂਟ ਫਾਈਲ ਕੀਤਾ ਤੇ ਮਾਨਯੋਗ ਅਦਾਲਤ ਨੇ ਸਾਨੂੰ ਬੜਾ ਆਸ਼ਵਾਸਨ ਦਿੱਤਾ ਆ ਕਿ ਜੋ ਵੀ ਤੁਹਾਡੀ ਬੰਦੀ ਕਾਰਵਾਈ ਤੁਹਾਡੇ ਹੱਕ ਚ ਕੀਤੀ ਜਾਏਗੀ ਜੇ ਇਨ ਕੇਸ ਫਿਲਮ ਦੇ ਵਿੱਚ ਕੋਈ ਓਬਜੈਕਸ਼ਨੇਬਲ ਸੀਨ ਹੋਏਗਾ ਤੇ ਫੇਰ ਆਪਾਂ ਸੂਟ ਫॉर ਮੰਡੇਟਰੀ ਇੰਜੈਕਸ਼ਨ ਲਈ ਜਾਵਾਂਗੇ ਤੇ ਕੱਲ ਨੂੰ ਜਿਹੜੀ ਅਸੀਂ ਐਪਲੀਕੇਸ਼ਨ ਦਿੱਤੀ ਆ ਮਾਨਯੋਗ ਐਸਐਸਪੀ ਸਾਹਿਬ ਨੂੰ ਉਦੇ ਤਹਿਤ ਜੇ ਕੋਈ ਅਬਜੈਕਸ਼ਨੇਬਲ ਸੀਨ ਹੁੰਦਾ ਹੈ ਤੇ ਅਸੀਂ ਇਹਨਾਂ ਤੇ ਐਫਆਈਆਰ ਵੀ ਕਰਵਾਵਾਂਗੇ ਤੇ ਨਵਤੇਸਿਆਂ ਹੁਣਾਂ ਨੂੰ ਜਿੱਥੋਂ ਤੱਕ ਬੰਦਾ ਨਿਆ ਅਸੀਂ ਐਂਡ ਤੱਕ ਇਹਨਾਂ ਦੇ ਨਾਲ ਇਹਨਾਂ ਨੂੰ ਨਿਆਵਾਵਾਗੇ ਧੰਨਵਾਦ ਥੈਂਕ ਯੂ